20 ਨੂੰ ਬੁਲਾਇਆ ਹੋਣਾ ਤੁਸੀਂ 21 ਨੂੰ ਆਏ ਕੋਈ ਗੱਲ ਨਹੀਂ ਫਿਰ ਮੈਂ ਕੁਝ ਨਹੀਂ ਕਰ ਸਕਦਾ ਆਈ ਕਾਂਟ ਡੂ ਇਟ ਯਾ ਮੈਂ ਕਿਹਾ ਵੀ ਵੇਟ ਕਰ ਲਓ ਕਨਵਰ ਵੀਰ ਦੇ ਵੀ ਰਿਕੁਐਸਟ ਕਰ ਦਾਂਗੇ ਉਦੋਂ ਗੱਲ ਹੋ ਜਾਂ ਤੁਸੀਂ 20 ਨੂੰ ਆ ਜਾਂਦੇ ਬੇਟਾ ਜੀ ਅਸੀਂ ਤਾਂ ਤੁਹਾਨੂੰ ਪੂਜਦੇ ਹਾਂ ਬੱਚਿਆਂ ਨੂੰ ਕੰਜਕ ਰਾਣੀ ਆ ਤੂੰ ਤੇ ਸਾਡੀ ਇੱਕ ਮਿੰਟ ਭਾਜੀ ਜੇ ਤੁਸੀਂ ਅੱਧੇ ਘੰਟੇ ਦਾ ਕਿਹਾ ਮੈਨੂੰ ਨਹੀਂ ਪਤਾ ਹੈ ਨਾ ਵੱਡੇ ਹੋ ਜਾਓ ਫਿਰ ਸਾਰਾ ਤਾਮ ਜਾਮ ਹੋਏਗਾ ਠੀਕ ਹੈ ਟੈਨਸ਼ਨ ਹੋ ਗਈ ਢੋਲ ਨਹੀਂ ਵਜਾਊਗਾ ਕਿ ਕਿਉਂ ਨਹੀਂ ਵਜੂਗਾ ਢੋਲ ਇੱਥੇ ਸਾਰੇ ਪੁੱਤ ਤੇਰਾ ਸਾਥ ਦੇਣਗੇ ਡੋਂਟ ਵਰੀ ਨਾਲ ਲੈ ਜਾਇਆ ਕਰੀ ਮੈਨੂੰ ਨਾਲ ਹੁਣ ਇਹਦੀ ਐਂਕਰ ਬਣ ਕੇ ਕੰਮ ਕਰਨਾ ਮੈਂ ਲੈ ਜਾਇਆ ਕਰੋਗੇ ਪੱਕੀ ਗੱਲ ਚਲ ਫਿਰ ਆਪਣਾ ਆੜੀ ਪੱਕਾ ਇਹ ਮੇਰਾ ਪੁੱਤੂ ਹੈ ਬੱਚੀ ਹੈ ਸਾਡੀ ਬੇਟੀ ਹੈ ਹੋ ਗਈ ਹੁਣ ਬਸ ਹੋ ਗਿਆ ਇੱਕੋ ਹੀ ਬਹੁਤ ਹੈ ਪੁੱਤ ਇੱਕੋ ਹੀ ਬਹੁਤ ਹੈ ਵੱਡੇ ਹੋ ਜਾਓ ਫਿਰ ਸਾਰਾ ਤਾਮ ਜਾਮ ਹੋਏਗਾ ਠੀਕ ਹੈ ਹੁਣ ਗਾਉਣਾ ਸ਼ੁਰੂ ਕਰ ਦਿਓ ਨਹੀਂ ਤਾਂ ਟਾਈਮ ਨਹੀਂ ਮਿਲਣਾ ਚੀਮਾ ਅੰਕਲ ਜੀ ਤੇ ਬਲਵੀਰ ਅੰਕਲ ਜੀ ਗਾਣਾ ਗਾਇਆ ਤੁਸੀਂ ਨਾਲ ਨਾਲ ਤਾਲੀਆਂ ਵਜਾਓ ਬੜਾ ਵਧੀਆ ਲੱਗੇਗਾ ਤੁਹਾਡੀਆਂ ਹਾਜ਼ਰੀਆਂ ਥੈਂਕ ਯੂ ਹੋਵੇ
ਰੈਡੀ ਜ਼ੋਰ ਨਾਲ ਮੈਡਮ ਇਹਨੂੰ ਜਾਨੀ ਕਿ ਅੱਧੀ ਘੰਟੇ ਦਾ ਕਿਹਾ ਹੈ ਯਾਨੀ ਕਿ ਹਾਂ ਵੀ ਅੱਧਾ ਘੰਟਾ ਜਿਹੜਾ ਇਹਨੂੰ ਸਮਾਂ ਦੇਣਾ ਹੈ 11ਵੀਂ ਸਰਕਾਰ ਇੱਕ ਮਿੰਟ ਭਾਜੀ ਜੇ ਤੁਸੀਂ ਅੱਧੇ ਘੰਟੇ ਦਾ ਕਿਹਾ ਮੈਨੂੰ ਨਹੀਂ ਪਤਾ ਹੈ ਨਾ ਤੁਸੀਂ ਕਿਹਾ ਹੋਏਗਾ ਮੈਨੂੰ ਨਹੀਂ ਪਤਾ ਭਾਜੀ ਤੁਸੀਂ ਪੰਮਾ ਭਾਜੀ ਨੂੰ ਇਹਨਾਂ ਨੂੰ ਪੁੱਛੋ ਮੈਨੂੰ ਨਹੀਂ ਪਤਾ ਹੈ ਨਾ ਮੈਨੂੰ ਤਾਂ ਉਹਨਾਂ ਨੇ ਕਿਹਾ ਇੱਕ ਗੀਤ ਗਵਾ ਲਓ ਸੋ ਉਹ ਕੱਲ੍ਹ ਸੀ ਭਾਜੀ 20 ਤਰੀਕ ਨੂੰ ਸੋ ਇੱਕ ਵਾਰੀ ਇਸ ਬੇਟੀ ਲਈ ਤਾਲੀਆਂ ਵਜਾ ਦਿਓ ਬਹੁਤ ਸੁਰੀਲਾ ਗਾਉਂਦੀ ਹੈ ਸਾਡੀ ਧੀ ਸੋ ਕਿਉਂਕਿ ਲੜਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਤਾਂ ਆਪਣਾ ਘਰ ਆ ਠੀਕ ਹੈ ਨਾ ਇਸ ਬੱਚੇ ਨੇ ਬਹੁਤ ਭਾਜੀ ਨਾਲੇ ਚੱਪਲ ਲੈ ਕੇ ਨਾ ਉੱਪਰ ਆਓ ਸਟੇਜ 'ਤੇ ਬੜੀ ਮਿਹਰਬਾਨੀ ਤੁਹਾਡੀ 20 ਨੂੰ ਬੁਲਾਇਆ ਹੋਣਾ ਤੁਸੀਂ 21 ਨੂੰ ਆਇਓ ਕੋਈ ਗੱਲ ਨਹੀਂ ਤੁਸੀਂ ਇੱਕ ਛੋਟਾ ਜਿਹਾ ਗਾ ਦਿਓ ਸੁਣਨਾ ਤੁਸੀਂ ਤਾਲੀ ਵਜਾ ਕੇ ਦੱਸੋ ਫਿਰ ਥੈਂਕ ਯੂ ਸੋ ਵੈਰੀ ਸੋਰੀ ਮਾਇੰਡ ਨਾ ਕਰਿਓ ਹਰਮਨ ਜੀ ਬਿਲਕੁਲ ਰੈਡੀ ਨੇ ਪਲੀਜ਼ ਆਪਾਂ ਇੱਥੇ ਬਿਠਾ ਲੈਂਦੇ ਵਿੱਚ ਦੀ ਟਾਈਮ ਦੇ ਦਾਂਗੇ ਬਾਈ ਜੀ ਨੂੰ ਕਹਿ ਦਾਂਗੇ ਪਲੀਜ਼ ਅਤੇ ਆਓ ਤੁਸੀਂ ਲਵੀਸ਼ ਹੈ ਨਾ ਆਪਣੇ ਇੱਧਰ ਦਾ ਥੋੜ੍ਹਾ ਜ਼ਿਆਦਾ ਹੋਰ ਹੈ ਸਿਸਟਮ ਕੋਈ ਨਾ ਤੁਸੀਂ ਬਾਅਦ 'ਚ ਗਾ ਲਿਓ ਹੁਣ ਫਿਰ ਮੈਂ ਕੁਛ ਨਹੀਂ ਕਰ ਸਕਦੀ ਆਈ ਕਾਂਟ ਡੂ ਇਟ ਜਾਂ ਮੈਂ ਕਿਹਾ ਵੀ ਵੇਟ ਕਰ ਲਓ ਕਨਵਰ ਵੀਰ ਦੇ ਵੀ ਰਿਕੁਐਸਟ ਕਰ ਦਾਂਗੇ ਉਦੋਂ ਗਾ ਲਓ ਜਾਂ ਤੁਸੀਂ 20 ਨੂੰ ਆ ਜਾਂਦੇ ਬੇਟਾ ਜੀ ਅਸੀਂ ਤਾਂ ਤੁਹਾਨੂੰ ਪੂਜਦੇ ਹਾਂ ਬੱਚਿਆਂ ਨੂੰ ਕੰਜਕ ਰਾਣੀ ਆ ਤੂੰ ਤਾਂ ਸਾਡੀ ਸੋ ਸ਼ੁਕਰੀਆ ਵੀਰ ਇਹਦੇ 'ਚ ਇਹਨੇ ਲੁੱਡੀਆਂ ਪਾ ਲਈਆਂ ਹੋਰ ਕੀ ਬਾਪੂ ਜੀ ਦੇ ਆ ਜੀ ਅਸੀਂ ਉੱਥੇ ਚੱਲ ਭੱਜ ਆ